ਆ ਜਿਵੇਂ ਵੀ ਆ ਪੜਾਇਆ ਜਾਲੀ ਦੇ ਦਰ ਤੇ ਪ੍ਰਗਾੜੀ ਮੋਰਚਾ ਮੰਡ ਤੇ ਦਾਦੂ ਵਾਲ ਵਰਗੇ ਪੰਥ ਦੇ ਕਟਹਿਰੇ ਦੇ ਵਿੱਚ ਖੜ ਗਏ ਨੇ। ਇਹ ਪੰਥ ਦੇ ਦੋਸ਼ੀ ਨੇ, ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਨੇ ਬੇਅਦਬੀ ਕਰਵਾਈ ਹੈ, ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ ਹੈ। ਅਸੀਂ ਵੀ ਕਹਿੰਦੇ ਹਾਂ ਕਿ ਜੋ ਇਹ ਕਹਿ ਰਹੇ ਨੇ ਨਾ, ਵੀ ਕੱਖ ਨਾ ਰਵੇ ਅਤੇ ਮਹਾਰਾਜ ਇਹਨਾਂ ਦਾ ਕੱਖ ਹੀ ਨਾ ਛੱਡੇ। ਜਗਵੀਰ ਬਾਦਲ, ਅਸੀਂ ਜਾਣਦੇ ਹਾਂ ਤੇਰੇ 'ਚ ਕਿੰਨੀ ਕੁ ਜਾਣ ਹੈ, ਜੇ ਤੈਨੂੰ ਇਹੋ ਜਿਹੀ ਚਾਲ ਹੋਏ ਤਾਂ ਵੱਖਰਾ ਵੇਖ ਲਈ। ਅਸੀਂ ਇਹ ਬਾਹਾਂ ਜਮਾਈਆਂ ਹੋਈਆਂ ਨੇ, ਇਹ ਬਾਹਾਂ ਸਾਡੀਆਂ ਪਰਖੀਆਂ ਹੋਈਆਂ ਨੇ। ਪੰਜਾਬ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਪੱਖਿਆ ਹੋਇਆ ਅਤੇ ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਸਿਆਸੀ ਵਾਰ ਕਰ ਰਹੀਆਂ। ਉੱਥੇ ਹੀ ਸਿੱਖ ਸੰਗਤਾਂ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਘੇਰਨ ਵਿੱਚ ਲੱਗੀਆਂ ਹੋਈਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹਰਸਿਮਰਤ ਕੌਰ ਬਾਦਲ ਅਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਨੂੰ ਲੈ ਕੇ ਸੁਖਬੀਰ ਬਾਦਲ ਦੇ ਤੇਵਰ ਵੀ ਤਲਖ ਦਿਖਾਈ ਦੇ ਰਿਹਾ। ਮਲੋਟ ਅਤੇ ਮੁਕਤਸਰ ਵਿਖੇ ਸੁਖਬੀਰ ਬਾਦਲ ਵੱਲੋਂ ਕੀਤੀਆਂ ਚੋਣ ਰੈਲੀਆਂ 'ਚ ਬਾਦਲ ਨੇ ਬਰਗਾੜੀ ਮੋਰਚੇ ਦੇ ਆਗੂਆਂ ਨੂੰ ਖਾਲਿਸਤਾਨ ਦੇ ਸਮਰਥਕ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਇਹਨਾਂ ਦੀ ਮਦਦ ਕਰਨ ਦਾ ਦੋਸ਼ ਲਾ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਣ ਦਾ ਯਤਨ ਕੀਤਾ ਹੈ। ਉੱਥੇ ਹੀ ਅੱਜ ਕਾਲੀਆਂ ਝੰਡੀਆਂ ਦਿਖਾ ਕੇ ਬਾਦਲਾਂ ਵਿਰੁੱਧ ਰੋਸ ਮਾਰਚ ਲੈ ਕੇ ਮਲੋਟ ਪੁੱਜੇ ਧਿਆਨ ਸਿੰਘ ਮੰਡ ਅਤੇ ਭਾਈ ਮੋਹਕਮ ਸਿੰਘ ਨੇ ਸੁਖਬੀਰ ਬਾਦਲ ਨੂੰ ਆਪਣੇ ਹੀ ਅੰਦਾਜ਼ ਵਿੱਚ ਜਵਾਬ ਦਿੱਤਾ ਹੈ। ਕਮਰੇ ਚੋਂ ਨਿਕਲਦਾ ਨਹੀਂ ਰਾਜਾ, ਇਹ ਸਭ ਤੋਂ ਮਾੜਾ ਕੰਮ ਰਾਜਾ ਕਰ ਰਿਹਾ। ਜਿਹੜੀਆਂ ਤਾਕਤਾਂ ਜਿਨ੍ਹਾਂ ਨੇ ਦਾਦੂ ਸਾਹਿਬ ਥੱਲੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕੀਤੀ, ਪੰਜਾਬ ਵਿੱਚ ਇਹਦਾ ਮਾਹੌਲ ਹੋਇਆ ਕਿ ਤੁਸੀਂ ਰਾਤ ਨੂੰ ਨਿਕਲ ਨਹੀਂ ਸਕਦੇ ਸੀ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਮਿਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੂੰ ਰਲ ਕੇ, ਉਹਨਾਂ ਨੂੰ ਪੈਸਾ ਦੇ ਕੇ, ਉਹਨਾਂ ਨੂੰ ਸਹੂਲਤ ਦੇ ਕੇ, ਆਹ ਜਿੰਨੇ ਵੀ ਲੋਕ ਅਸਰੇ ਫਿਰਦੇ ਹੈ ਬਰਗਾੜੀ ਦੇ ਅੰਦਰ, ਜਿਹੜੇ ਸਾਰੇ ਖਾਲਿਸਤਾਨ ਖਾਲਿਸਤਾਨ ਦੇ ਗੱਲ ਕਰ ਰਹੇ ਆ, ਆਹ ਜਿਹੜੇ ਖੂਨ ਕਾਲੀਆਂ ਝੰਡੀਆਂ ਕਰਾਉਂਦੇ ਆ, ਸਾਰੀ ਕਾਂਗਰਸ ਦੇ ਮੁੱਖ ਮੰਤਰੀ ਵੀ ਸ਼ਹਿ ਦੇ ਆ, ਕੋਈ ਪੁੱਛੇ ਜੇ ਕਹਿੰਦੇ ਸੀ ਇਹਨਾਂ ਧਰਨਾ ਦਿੱਤਾ ਬਾਦਲ ਪਿੰਡ ਆ ਗਿਆ, ਅੱਗੇ ਪੁਲਿਸ ਕੋਲ ਪਾਇਲਟ ਲੱਗੀ ਸੀ, ਪਾਇਲਟ ਪਿੰਡ 'ਚ ਲੈ ਕੇ ਆਈ, ਖਾਲਿਸਤਾਨ ਦੇ ਨਾਰੇ ਲਾਉਂਦੇ ਆਏ, ਸਰਕਾਰੀ ਪੁਲਿਸ ਅੱਗੇ ਜਾ ਰਹੀ ਸੀ ਨਾਲ ਨਾਲ। ਕੀ ਤੁਸੀਂ ਪੰਜਾਬ ਨੂੰ ਵਾਪਸ ਉਸ ਮਾਹੌਲ 'ਚ ਲਿਆਉਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ, ਸਭ ਤੋਂ ਮਾੜਾ ਨਿਖੇਧ ਬੰਦਾ ਕੈਪਟਨ ਹੈ, ਮੈਂ ਤਾਂ ਪੰਜਾਬ 'ਚ ਘੁੰਮ ਕੇ ਆਇਆ। 19 ਤਰੀਕ ਨੂੰ ਲੋਕਾਂ ਨੇ ਆਪਣਾ ਦੇਣਾ ਫੈਸਲਾ, ਇਹ ਲੋਕਾਂ ਦੀ ਅਦਾਲਤ ਬੜੀ ਵੱਡੀ ਅਦਾਲਤ ਹੁੰਦੀ ਹੈ, ਪੰਥ ਦੀ ਅਦਾਲਤ ਬੜੀ ਵੱਡੀ ਅਦਾਲਤ ਆ, ਔਰ ਜਿਹੜੇ ਲੋਕਾਂ ਨੇ ਆਪਣੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਅਤੇ ਨਾਲੀਆਂ ਦੇ ਵਿੱਚ ਖਿਲਾਰੇ ਨੇ, ਔਰ ਗੋਲੀਆਂ ਮਾਰ ਕੇ ਜਿਹੜੇ ਜਾਪ ਕਰਦੇ ਪਾਠ ਕਰਦੇ ਸਿੰਘ ਸ਼ਹੀਦ ਕੀਤੇ ਨੇ, ਉਹ ਗੁੱਸਾ ਲੋਕਾਂ ਦੇ ਮਨ ਦੇ ਵਿੱਚ ਨੱਕੋ ਨੱਕ ਭਰਿਆ ਪਿਆ। ਔਰ ਤੁਸੀਂ ਯਾਦ ਰੱਖਿਓ, ਪ੍ਰਕਾਸ਼ ਸਿੰਘ ਬਾਦਲ ਵੀ ਕਹਿ ਰਿਹਾ, ਸੁਖਬੀਰ ਸਿੰਘ ਬਾਦਲ ਵੀ ਕਹਿ ਰਿਹਾ ਅਤੇ ਹਰਸਿਮਰਤ ਵੀ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਆ, ਕੀਤੀ, ਉਹ ਕੀੜੇ ਪੈ ਕੇ ਮਰਨ। ਅਤੇ ਆਹ ਪੰਥ ਵੀ ਸਾਰਾ ਇਹੀ ਅਰਦਾਸ ਕਾਲੇ ਝੰਡੇ ਲੈ ਕੇ ਕਰ ਰਿਹਾ ਹੈ ਕਿ ਇਹ ਪੰਥ ਦੇ ਕਟਹਿਰੇ ਦੇ ਵਿੱਚ ਖੜ ਗਏ ਨੇ, ਇਹ ਪੰਥ ਦੇ ਦੋਸ਼ੀ ਨੇ, ਇਹਨਾਂ ਦੇ ਰਾਜ ਦੇ ਵਿੱਚ ਇਹਨਾਂ ਨੇ ਬੇਅਦਬੀ ਕਰਵਾਈ ਹੈ, ਬੇਅਦਬੀ ਕਰਨ ਵਾਲਿਆਂ ਨੂੰ ਸ਼ਹਿ ਦਿੱਤੀ ਹੈ। ਅਸੀਂ ਵੀ ਕਹਿੰਦੇ ਹਾਂ ਕਿ ਜੋ ਇਹ ਕਹਿ ਰਹੇ ਨੇ ਨਾ, ਵੀ ਕੱਖ ਨਾ ਰਵੇ ਅਤੇ ਮਹਾਰਾਜ ਇਹਨਾਂ ਦਾ ਕੱਖ ਹੀ ਨਾ ਛੱਡੇ, ਕੱਖ ਨਾ ਰਵੇ ਇਹਨਾਂ ਦਾ, ਜਿਵੇਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਨੇ, ਇਸ ਚੋਣਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਦੇ ਜਿਹੜੇ ਹਮਾਇਤੀ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਖਿਲਾਰ ਦੇਣਗੇ, ਇਹ ਪੰਥ ਦਾ ਪੱਕਾ ਵਿਸ਼ਵਾਸ ਆ ਅਤੇ ਪੰਥ ਦੀ ਇਹ ਅਰਦਾਸ ਵੀ ਹੈ। ਜਿਹਨਾਂ ਲੋਕਾਂ ਨੇ ਸ਼ਾਂਤਮਈ ਵਿਰੋਧ ਹੈ, ਵਿਰੋਧ ਵੀ ਜਿਹੜਾ ਕਰਦੇ ਆ, ਗੱਲ ਪੈਂਦੇ ਆ, ਅਸੀਂ ਇਹਨਾਂ ਨੂੰ ਕਹਿੰਦੇ ਹਾਂ ਬਾਜ਼ ਆ ਜਾਓ, ਇਹ ਗੱਲ ਬਰਦਾਸ਼ਤ ਨਹੀਂ ਹੋਏਗੀ।
ਸੁਖਬੀਰ ਬਾਦਲ, ਅਸੀਂ ਜਾਣਦੇ ਹਾਂ ਤੇਰੇ 'ਚ ਕਿੰਨੀ ਕੁ ਜਾਨ ਹੈ, ਜੇ ਤੈਨੂੰ ਇਹੋ ਜਿਹੀ ਚਾਲ ਹੋਏ ਤਾਂ ਵੱਖਰਾ ਵੇਖ ਲਈਂ, ਪਰ ਇਹ ਗੱਲ ਨਾ ਕਰ ਕਿ ਤੂੰ ਮਤਲਬ ਕਿ ਜਿਹੜੇ ਸ਼ਾਂਤਮਈ ਉਸ ਪਰੇਡ ਕਰਨ ਵਾਲੀਆਂ ਸੰਗਤਾਂ ਹਨ ਉਹਨਾਂ ਦੇ ਗੱਲ ਪਵਾਵੇਂ ਬੰਦੇ, ਮੈਂ ਜੇ ਕਰ ਦੂੰ ਮੋਹ ਕਰ ਦੂੰਗਾ, ਅਸੀਂ ਇਹ ਬਾਹਾਂ ਜਮਾਈਆਂ ਹੋਈਆਂ ਨੇ, ਇਹ ਬਾਹਾਂ ਸਾਡੀਆਂ ਪਰਖੀਆਂ ਹੋਈਆਂ ਨੇ, ਤੂੰ ਅਮੈਰੀਕਾ ਤੋਂ ਉਰੇ ਜਾ ਕੇ ਨਹੀਂ ਖੜਨਾ, ਮੁੜ ਕੇ ਸਾਰਾ ਪਰਿਵਾਰ ਵੀ ਕਿਤੇ ਹੋਰ ਲੈ ਕੇ ਕਹੇਗਾ ਜੀ ਮੈਂ ਤਾਂ ਮਤਲਬ ਪੜ੍ਹਨ ਆ ਗਿਆ ਅਤੇ ਬਜ਼ੁਰਗ ਮੇਰਾ ਆਰਾਮ ਕਰਨ ਆ ਗਿਆ, ਬੱਚੇ ਪੜ੍ਹਾਉਣ ਆ ਗਿਆ, ਤੂੰ ਮੈਂ ਵਪਾਰ ਕਰਨ ਆ ਗਿਆ, ਮੁੜ ਕੇ ਇਹੋ ਜਿਹੀਆਂ ਗੱਲਾਂ ਕਰੇਗਾ, ਇਹ ਬੰਦ ਤੋਂ ਬੰਦ ਕਰ, ਇਹ ਤੇਰੀ ਸ਼ਰਾਰਤ ਨਹੀਂ ਚੱਲੇਗੀ ਹੁਣ। ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ, ਸਿੰਘਾਂ ਦੀਆਂ ਸ਼ਹਾਦਤਾਂ ਦਾ, ਇਕੱਲੇ ਦੋ ਸਿੰਘ ਨਹੀਂ, ਬਾਦਲ ਦੇ ਰਾਜ 'ਚ ਜੱਤ ਜੱਦੇ ਤੋਂ ਝੂਠੇ ਸੌਦੇ ਵਾਲੇ ਨੇ ਸਵਾਗ ਰਚਿਆ, ਸਿੰਘਾਂ ਨੇ ਵਿਰੋਧ ਕਰਨਾ ਸ਼ੁਰੂ ਕਰਿਆ, ਉਦੋਂ ਤੋਂ ਸ਼ਹਾਦਤਾਂ ਹੋਣ ਲੱਗੀਆਂ ਹੱਸਦੇ ਵੱਸਦੇ ਪੰਜਾਬ 'ਚ। ਇਹਨਾਂ ਦਾ ਬਾਦਲਾਂ ਦਾ ਇੱਕ ਨਾਰਾ ਹੈ ਕਿ ਕਿਸੇ ਨੂੰ ਗਰਮਦਲੀਆ ਕਹਿ ਕੇ, ਕਿਸੇ ਨੂੰ ਖਾਲਿਸਤਾਨੀ ਕਹਿ ਕੇ, ਜਿਹੜੇ ਸਾਡੇ ਹਿੰਦੂ ਭਰਾ ਨੇ, ਮੁਸਲਮਾਨ ਭਰਾ ਨੇ, ਇਹਨਾਂ ਨੂੰ ਇੱਕ ਦਬਾਅ ਬਣਾਉਂਦੇ ਨੇ ਇਹ ਕਿ ਸਾਡਾ ਹੀ ਹਊਆ ਬਣਿਆ ਰਹੇ, ਕਿ ਅਸੀਂ ਉਹ ਸਾਫ਼ ਸੁਥਰੇ ਹਾਂ, ਅਸੀਂ ਉਹ ਦੁੱਧ ਧੋਤੇ ਹਾਂ, ਹੋਰ ਜਿਹੜੇ ਲੋਕ ਨੇ ਕਿਸੇ ਨੂੰ ਖਾਲਿਸਤਾਨੀ ਕਹਿੰਦੇ ਨੇ, ਕਿਸੇ ਨੂੰ ਕੁਛ ਰਹੇ, ਪਰ ਮੈਂ ਸੱਚ ਇਹ ਕਹਿਣਾ ਚਾਹੁੰਦਾ ਕੌਮ ਨੂੰ, ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਵੀਰੋ ਸੁਖਬੀਰ ਬਾਦਲ ਨੂੰ ਪੁੱਛੋ ਕਿ 10 ਸਾਲ ਤੇਰੇ ਰਾਜ ਭਾਗ 'ਚ ਤੂੰ ਆਲੇ ਦੁਆਲੇ ਦੇਖ ਕੇ ਤਾਂ ਕਿੰਨੇ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਤੇਰੇ ਬਾਦਲ ਦੇ ਟੱਬਰ 'ਚ ਆਏ, ਬਾਦਲ ਦਲ ਤਾਂ ਰਿਹਾ ਨਹੀਂ, ਉਹਨਾਂ ਨੂੰ ਕਿਹੜੀ ਕਿਹੜੀ ਸਾਬਣ ਨਾਲ ਨਲਾਉਣਾ ਤੂੰ, ਜਿਹੜੀ ਸਾਬਣ ਨਾਲ ਨਲਾ ਕੇ ਜੇ ਤਾਂ ਸਾਡੇ 'ਚ ਰਲਦਾ ਪੰਥ ਦੀ ਗੱਲ ਕਰਦਾ, ਗਰਮਦਲੀ ਹੈ ਪਾਕਿਸਤਾਨ ਨਾਲ ਨਾ ਰਲ ਗਿਆ, ਖਾਲਿਸਤਾਨੀ ਬਣ ਗਿਆ, ਜੇ ਤੁਹਾਡੇ ਟੱਬਰ 'ਚ ਰਲ ਜਿਵੇਂ ਜਾ ਕੇ ਕਿਹੜੀ ਸਾਬਣ ਨਾਲ ਨਲਾਉਂਦੇ ਹੋ, ਜਿਹਦੇ ਨਾਲ ਆਹ ਸਾਰਾ ਕੁਝ ਲਾ ਕੇ ਤੁਸੀਂ ਦੁੱਧ ਧੋਤੇ ਬਣ ਜਾਂਦੇ ਹੋ। ਅੱਜ ਇੱਥੋਂ ਦਾ ਪੰਜਾਬੀ, ਇੱਥੋਂ ਦਾ ਹਿੰਦੂ ਭਰਾ, ਮੁਸਲਮਾਨ ਵੀਰ, ਹਰ ਵਰਗ ਦਾ ਬੰਦਾ ਜਾਣਦਾ ਕਿ ਤੁਹਾਡੇ ਰਾਜ ਭਾਗ 'ਚ ਕਦੇ ਤੁਸੀਂ ਗ੍ਰੰਥਾਂ ਦੀਆਂ ਬੇਅਦਬੀਆਂ ਕਰਾ ਕੇ ਸਾਨੂੰ ਲੜਾਉਣਾ ਚਾਹੁੰਦੇ ਸੀ, ਪਰ ਪੰਜਾਬੀਆਂ ਦੀ ਮੁੱਠ ਬੰਦਾ ਇਕੱਠੇ ਨੇ, ਇਹ ਨਹੀਂ ਲੜੇ, ਅੱਜ ਵੀ ਤੁਹਾਨੂੰ ਪਹਿਲਾਂ ਵਿਰੋਧੀ ਧਿਰ 'ਚ ਨਹੀਂ ਆਉਣ ਦਿੱਤਾ, ਤੁਹਾਨੂੰ ਮੂੰਹ ਤੋੜਵਾਂ ਜਵਾਬ ਇਸੇ ਪੰਜਾਬ ਨੇ ਦਿੱਤਾ, ਹੁਣ ਦੇਖਿਓ ਬੀਬਾ ਸਿਮਰ ਅਤੇ ਸੁਖਬੀਰ ਬਾਦਲ ਦਾ ਕਿਵੇਂ ਗੋਲ ਬਿਸਤਰਾ ਕਰਕੇ ਲੋਕ ਆ ਗਿਆ, ਲੋਕੋ ਇਹ ਤੋਂ ਬਚਲ ਬਾਜੋ ਮਜੀਠੀਏ ਤੋਂ, ਇਹਨੇ ਸਾਰਾ ਚਿੱਟਾ ਇੱਥੇ ਵੇਚਣਾ, ਜੇ ਚਿੱਟਾ ਵੇਚ ਕੇ ਤੁਹਾਡੀ ਜਵਾਨੀ ਮਾਰ ਦੇਗਾ, ਕਿਸਾਨੀ ਮਾਰ ਦੇਗਾ, ਸਭ ਕੁਛ ਤਬਾਹ ਕਰ ਦੇਗਾ, ਨਾ ਪੰਜਾਬ ਅੱਗੇ ਤਬਾਹ ਕਰ ਦਿੱਤਾ। ਸੋ ਮੇਰੀ ਤਾਂ ਇਹੀ ਅਪੀਲ ਆ ਕੌਮ ਨੂੰ ਕਿ ਬਾਦਲ ਪਰਿਵਾਰ ਨੂੰ ਅਤੇ ਉਹਦੇ ਸਾਥੀਆਂ ਨੂੰ ਵੋਟ ਨਾ ਪਾਓ, ਹੋਰ ਭਾਵੇਂ ਕਾਲੇ ਚੋਰ ਨੂੰ ਪਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।